ਆਦਮਪੁਰ ਦੇ ਸਿਵਲ ਹਸਪਤਾਲ ਵਿੱਚ ਸ਼ਹੀਦ ਭਗਤ ਸਿੰਘ ਯੂਥ ਕਲੱਬ ਆਦਮਪੁਰ ਵੱਲੋਂ ਪੰਜਾਬ ਵਿੱਚ ਵੱਧ ਚੁੱਕੇ ਨਸ਼ਿਆਂ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਅਧੀਨ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਨਸ਼ਿਆਂ ਦੇ ਸ਼ਿਕਾਰ ਨੌਜਵਾਨਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਆ ਗਿਆ। ਇਸ ਮੌਕੇ ਪਹੁੰਚੇ ਪੰਜਾਬ ਪੁਲਿਸ ਦੇ AIG STF ਹਰਵਿੰਦਰ ਸਿੰਘ ਡੱਲੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਕਿਹਾ ਕਿ ਪੁਲਿਸ ਅਜਿਹੀਆਂ ਸੰਸਥਾਵਾਂ ਦੀ ਸਹਾਇਤਾ ਲਈ ਹਮੇਸ਼ਾ ਹਾਜ਼ਰ ਹੈ। ਆਦਮਪੁਰ ਤੋਂ ਲਾਏ ਪੰਜਾਬ ਨਿਊਜ਼ ਦੀ ਵਿਸ਼ੇਸ਼ ਰਿਪੋਰਟ। ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਆ ਉਹਦੇ ਵਾਸਤੇ ਅਸੀਂ ਇੱਕ ਸੈਮੀਨਾਰ ਔਰਗਨਾਈਜ਼ ਕੀਤਾ, ਜਿਹਦੇ ਵਿੱਚ ਸਾਨੂੰ AIG ਹਰਵਿੰਦਰ ਸਿੰਘ ਡੱਲੀ ਹੋਣਾ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਅਤੇ ਇਸੇ ਮਕਸਦ ਨੂੰ ਪੂਰਾ ਕਰਨ ਵਾਸਤੇ ਉਹ ਅੱਜ ਸਾਡੇ ਕੋਲ ਸਾਡੇ ਵਿੱਚ ਤਕਸ਼ੀਫ ਲੈ ਕੇ ਆਏ ਆ। ਇਸ਼ੂ ਜਿਹੜਾ ਕਿ ਆਪਾਂ ਨੂੰ ਕਿਸੇ ਵੇਲੇ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰ ਰਿਹਾ ਸੀਗਾ ਅਤੇ ਜਿੱਥੇ ਕੁਛ ਆਪਾਂ ਹੱਲ ਵੀ ਪਾਉਣ ਵਿੱਚ ਸਕਸੈਸਫੁਲ ਹੋਏ ਹਾਂ ਅਤੇ ਆਪਾਂ ਜਿੱਥੇ ਆਪਾਂ ਇਹ ਰਲ ਕੇ ਅੱਜ ਇਹ ਛੋਟਾ ਜਿਹਾ ਜਿਹੜਾ ਆਪਾਂ ਗੈਦਰਿੰਗਸ ਕਰਦੇ ਹਾਂ ਇਹਨਾਂ ਦਾ ਸਿਰਫ ਮਕਸਦ ਇੱਕੋ ਹੀ ਹੁੰਦਾ ਹੈ ਕਿ ਆਪਾਂ ਇਹ ਵਾਲਾ ਜਿਹੜਾ ਸੁਨੇਹਾ ਇਹ ਵਾਲਾ ਮੈਸੇਜ ਇਹ ਬਿਲਕੁਲ ਦੂਰ ਦੂਰ ਤੱਕ ਚਲੇ ਜਾਵੇ ਕਿ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰਨਾ ਹੈ ਅਤੇ ਮੁੜ ਕੇ ਆਪਾਂ ਇੱਕ ਉਹੋ ਜਿਹਾ ਪੰਜਾਬ ਜਿਹਨੂੰ ਆਪਾਂ ਸਾਰੇ ਯਾਦ ਕਰਦੇ ਹਾਂ, ਉਸ ਦੀ ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੇ ਖਾਣੇ ਨੂੰ, ਪੰਜਾਬ ਦੇ ਪਹਿਨੇ ਨੂੰ, ਪੰਜਾਬ ਦੀ ਖੇਤੀ ਨੂੰ, ਪੰਜਾਬ ਦੀ ਦੋਸਤੀ ਨੂੰ, ਪੰਜਾਬ ਦੀ ਸਿੰਸੈਰਿਟੀ ਨੂੰ, ਪੰਜਾਬੀਆਂ ਦਾ ਇੱਕ ਪਹਿਚਾਣ ਹੀ ਹੋਰ ਹੈ। ਲੋਕ ਕਹਿੰਦੇ ਪਹਿਚਾਣ ਸੀ, ਮੈਂ ਅਜੇ ਵੀ ਮਸਲਾ ਨਹੀਂ ਹੈਗਾ ਜੇ ਆਪਾਂ ਨਸ਼ਾ ਕਰਾਂ ਬੇਰੁਜ਼ਗਾਰੀ ਦੂਰ ਹੋ ਜਾਏਗੀ ਨਹੀਂ ਹੋਣੀ, ਉਹਨਾਂ ਨੂੰ ਇਹ ਸਭ ਪਸੰਦ ਹੈਗੀ ਨਸ਼ਿਆਂ ਤੋਂ ਦੂਰ ਕਰਕੇ ਆਪਾਂ ਨੂੰ ਸਹੀ ਤਰੀਕੇ ਲਈ ਵੀ ਕੋਈ ਨਿੱਕਾ ਮੋਟਾ ਆਪਣਾ ਕੰਮ ਛੱਡੇ। ਸਰਕਾਰ ਦਾ ਬਿਲਕੁਲ ਇਹ ਧਈਆ ਹੈਗਾ, ਕੈਪਟਨ ਸਾਹਿਬ ਦਾ ਇਹ ਧਈਆ ਵੀ ਨਸ਼ਾ ਮੁਕਤ ਆਪਾਂ ਪੰਜਾਬ ਬਣਾਉਣਾ, ਜਿੱਦਾਂ ਡਾਕਟਰ ਸਾਹਿਬ ਪਹਿਲਾਂ ਗੱਲ ਕੀਤੀ ਹੈ ਨਸ਼ਾ ਮੁਕਤ ਪੰਜਾਬ ਬਣਾਉਣ ਵਾਸਤੇ, ਇਹ ਆਪਾਂ ਸਾਰਿਆਂ ਨੂੰ ਸਹਿਯੋਗ ਕਰਨਾ ਪੈਣਾ, ਰਲ ਕੇ ਉਸ ਦਾ ਸਹਿਯੋਗ ਕਰਨਾ ਪਏਗਾ। ਔਰ ਮੇਰੇ ਹਿਸਾਬ ਨਾਲ ਮੈਨੂੰ ਹੈਗਾ ਵੀ ਤੁਹਾਡੇ ਇਸ ਏਰੀਏ ਦੇ ਵਿੱਚੋਂ ਮੈਨੂੰ 2 ਸਾਲ ਲੱਗੇ ਹੋਏ ਆ ਜੀ DSP STF ਜਲੰਧਰ ਜ਼ੋਨ ਦੇ ਵਿੱਚ, ਤੁਹਾਡੇ ਕਾਫੀ ਬੰਦਿਆਂ ਦੇ ਮੈਨੂੰ ਫੋਨ ਆਉਂਦੇ ਜਿਹੜੇ ਬਹੁਤ ਟੋਪ ਸੀਕਰੇਟ ਰੱਖੇ ਗਏ ਨੇ, ਉਹਨਾਂ ਦੇ ਟੈਲੀਫੋਨਾਂ ਦੇ ਉੱਤੇ ਅਸੀਂ ਬਹੁਤ ਜ਼ਿਆਦਾ ਰਿਕਵਰੀ ਕੀਤੀ। ਜੋ ਸਰਕਾਰ ਨੇ ਨਸ਼ਾ ਮੁਕਤੀ ਦਾ ਬੀੜਾ ਚੱਕਿਆ ਉਹਦੇ ਸਾਡੇ ADGP ਗੋਬਿੰਦ ਦਿਓ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਿ ਜਿਹੜੇ ਇਹ ਸੈਮੀਨਾਰ ਕਰ ਰਹੇ ਹਾਂ ਔਰ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਵੀ ਨਸ਼ਿਆਂ ਤੋਂ ਦੂਰ ਆਓ, ਜਿਹੜੇ ਬੱਚੇ ਇਸ ਪਾਸੇ ਲੱਗੇ ਨੇ ਉਹਨਾਂ ਨੂੰ ਅਸੀਂ ਦਾਖਲ ਕਰਾ ਕੇ ਜਾਂ ਉਹਨਾਂ ਨੂੰ ਦਵਾਈਆਂ ਦੇ ਕੇ ਜਾਂ ਉਹਨਾਂ ਨੂੰ ਪਿਆਰ ਦੇ ਨਾਲ ਨਸ਼ਿਆਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਲਗਾਤਾਰ ਅਸੀਂ ਪਬਲਿਕ ਨਾਲ ਟੱਚ ਰਹੀਏ। ਅਤੇ 4 ਰੁਪਈਆਂ ਦਾ ਸਵੇਰ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਅਤੇ ਪ੍ਰੈਸ, ਪੁਲਿਸ, ਪਬਲਿਕ ਅਤੇ ਆਪਣੇ ਪੰਚਾਇਤਾਂ ਜਦੋਂ ਰਲ ਗਈਆਂ ਤਾਂ ਸਾਰਾ ਕੁਛ ਖਤਮ ਹੋ ਜਾਣਾ। ਔਰ ਤੁਸੀਂ ਇਹ ਮੰਨ ਕੇ ਚੱਲੋ ਕਿ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆ ਗਈ ਮੈਂ ਪਹਿਲਾਂ ਵੀ ਕਹਿ ਕੇ ਹਟਿਆ, 15 ਮਿੰਟ 'ਚ ਅਸੀਂ ਐਕਸ਼ਨ ਕਰਨ ਵਾਲੇ ਬੰਦੇ ਹਾਂ, ਬੇਸ਼ੱਕ ਰਾਤ ਨੂੰ 2 ਵਜੇ ਸਾਨੂੰ ਦੱਸੋ ਵੀ ਆ ਇਹ ਆ ਅਤੇ ਉਹ ਕੰਮ ਹੋਏਗਾ।